ਬ੍ਰਦਰ ਦੀਪਕ ਲੋਪਾ ਜੀ ਗੁਰਦਾਸਪੁਰ ਦੇ ਪ੍ਰਧਾਨ ਆਓ, ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਆਪਾਂ ਇਹਨਾਂ ਦਾ ਕੀ ਕਹਿਣਾ ਵਾ। ਹਾਂਜੀ ਬ੍ਰਦਰ, ਕੀ ਕਹਿਣਾ ਤੁਹਾਡਾ? ਸਾਰੇ ਹੀ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ। ਅੱਜ ਅਸੀਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੀ ਮੀਟਿੰਗ ਜਿਹੜੀ ਘਣੀਏ ਕਿ ਬਾਂਗਰ ਕੀਤੀ ਗਈ ਆ, ਇਹ ਮੀਟਿੰਗ ਸਾਡੇ ਨੈਸ਼ਨਲ ਪ੍ਰਧਾਨ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਸਿੰਘ ਗੌਰਵ ਜੀ ਦੇ ਨਿਰਦੇਸ਼ਾਂ ਵਿੱਚ ਹੋਈ ਆ। ਅਸੀਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਜਿਹੜਾ ਕਮਲ ਕੁਮਾਰ ਨੂੰ ਇਹਨਾਂ ਨੂੰ ਸਰਕਲ ਪ੍ਰਧਾਨ ਲਗਾਇਆ ਗਿਆ ਆ, ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਵੱਧ ਤੋਂ ਵੱਧ ਪ੍ਰਧਾਨ ਦੀ ਨਿਯੁਕਤੀਆਂ ਕਰਾਵਾਂਗੇ ਔਰ ਵੱਧ ਤੋਂ ਵੱਧ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵਿੱਚ ਕੰਮ ਕਰਾਂਗੇ। ਓਕੇ, ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੈਮ ਸੀ ਦੀ, ਔਰ ਮੈਂ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਦਾ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵੱਲੋਂ ਪਾਸਟਰ ਵਿੰਗ ਦੇ ਵਿੱਚ ਮੈਨੂੰ ਜਿਹੜਾ ਅਪੁਆਇੰਟ ਕੀਤਾ ਗਿਆ ਵਾ, ਔਰ ਇਸ ਵਿੰਗ ਦੇ ਵਿੱਚ ਮੈਂ ਪੂਰੀ ਦਿਲ ਤੋਂ ਔਰ ਜਾਨ ਤੋਂ ਪ੍ਰਭੂ ਦੀ ਮਿਹਨਤ ਦੇ ਲਈ ਕੰਮ ਕਰਾਂਗਾ ਔਰ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਪਰਮੇਸ਼ਵਰ ਦੀ ਖਿਦਮਤ ਕਰਾਂਗਾ। ਬਹੁਤ ਬਹੁਤ ਧੰਨਵਾਦ ਭਾਅ ਜੀ। ਆਓ ਆਪਾਂ ਇਹਨਾਂ ਨਾਲ ਵੀ ਕਰਦੇ ਗੱਲਬਾਤ। ਹਾਂਜੀ ਬ੍ਰਦਰ, ਕੀ ਨਾਮ ਤੁਹਾਡਾ? ਔਰ ਕੀ ਨਾਮ ਤੁਹਾਡਾ ਔਰ ਕੀ ਕਹਿਣਾ? ਮੈਂ ਪਰਮੇਸ਼ਵਰ ਅਰਦਾਸ ਪਾਸਟਰ ਆਫ ਦੀ ਸਾਰੇ ਜੈ ਐਮ ਸੀ ਦੀ, ਔਰ ਮੈਂ ਗਲੋਬਲ ਐਕਸਮਿਸਟਰੀ ਦਾ ਧੰਨਵਾਦ ਕਰਨਾ ਕਿ ਉਸ ਪਾਸਟਰ ਵਿੰਗ ਵਿੱਚ ਸ਼ਾਮਿਲ ਕੀਤਾ ਗਿਆ। ਮੈਂ ਪੂਰੇ ਮਨ ਨਾਲ, ਪੂਰੇ ਦਿਲ ਨਾਲ, ਪੂਰੀ ਸੱਚਾਈ ਨਾਲ, ਪੂਰੀ ਇਮਾਨਦਾਰੀ ਨਾਲ ਇਸ ਕਮੇਟੀ 'ਚ ਗਲੋਬਲ ਐਕਸਮਿਸਟਰੀ ਵਿੱਚ ਮੈਂ ਵਫਾਦਾਰ ਨਾਲ ਚੱਲਾਂਗਾ। ਜੋ ਪਰਮੇਸ਼ਵਰ ਨੇ ਅਹੁਦਾ ਦਿੱਤਾ ਉਸ ਅਹੁਦੇ ਵਿੱਚ ਮੈਂ ਖੜਾ ਨਿਕਲਾਂਗਾ। ਪਰਮੇਸ਼ਵਰ ਦੇ ਦਾਸ ਅਪੋਸਟਲ ਕਰੂੰਗਾ, ਮਨੁੱਸ਼ ਦੇ ਵਿੱਚ ਮੈਂ ਪ੍ਰਭੂ ਦੇ ਵਿੱਚ ਪ੍ਰਭੂ ਦੇ ਨਾਮ ਉੱਚਾ ਕਰਾਂਗਾ, ਔਰ ਮੈਂ ਤਨ ਮਨ ਸਾੜ ਨਾਲ ਵਫਾਦਾਰੀ ਨਾਲ ਚੱਲਾਂਗਾ ਸਭ ਕੁਝ। ਬਹੁਤ ਬਹੁਤ ਧੰਨਵਾਦ। ਔਰ ਸਾਡੇ ਵਿੱਚ ਪਾਸ਼ਾ ਜੀ ਮੌਜੂਦ ਨੇ, ਪਾਸ਼ਾ ਰਾਜ ਕੁਮਾਰ ਜੀ, ਆਓ ਉਹਨਾਂ ਨਾਲ ਵੀ ਇੱਕ ਵਾਰ ਕਰਦੇ ਹਾਂ ਗੱਲਬਾਤ। ਹਾਂਜੀ ਪਾਸ਼ਾ ਜੀ, ਤੁਹਾਡਾ ਕੀ ਕਹਿਣਾ ਇਸ ਬਾਰੇ, ਜੋ ਕਿ ਆਪਾਂ ਬਟਾਲਾ ਦੇ ਵਿੱਚ ਟੀਮ ਲਿਆਂਦੀ? ਮੈਂ ਸਾਰਿਆਂ ਨੂੰ ਪਿਆਰ ਭਰੀ ਜੈਮ ਸੀ ਕਿ ਮੇਰੇ ਵੱਲੋਂ ਮੈਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਗੁਰਦਾਸਪੁਰ ਜ਼ਿਲ੍ਹੇ ਦਾ ਪਾਸਟਰ ਵਿੰਗ ਦਾ ਪ੍ਰੈਜ਼ੀਡੈਂਟ, ਜੋ ਕਿ ਇੱਕ ਗਲੋਬਲ ਕਮੇਟੀ ਪਾਸਟਰ ਅੰਕੁਲ ਯੂਸਫ ਨੂਰਲਾ ਜੀ ਦੇ ਵੱਲੋਂ ਤਿਆਰ ਕੀਤੀ ਗਈ, ਔਰ ਉਹਨਾਂ ਨੂੰ ਅੱਗੇ ਪ੍ਰੈਜ਼ੀਡੈਂਟ, ਨੈਸ਼ਨਲ ਪ੍ਰੈਜ਼ੀਡੈਂਟ ਸਾਡੇ ਸੀਨੀਅਰ ਵਾਈਸ ਜਤਿੰਦਰ ਮਸੀਹ ਗੌਰਵ ਜੀ, ਜਿਨ੍ਹਾਂ ਦੇ ਨਿਰਦੇਸ਼ਾਂ ਦੇ ਨੀਚੇ ਇਹ ਮੀਟਿੰਗਾਂ ਹੁੰਦੀਆਂ ਪਈਆਂ ਨੇ, ਔਰ ਜਿਨ੍ਹਾਂ ਦੇ ਨਿਰਦੇਸ਼ਾਂ ਦੇ ਨੀਚੇ ਅਸੀਂ ਅਲੱਗ ਅਲੱਗ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾ ਕੇ, ਵੱਖ ਵੱਖ ਅਸੀਂ ਸ਼ਹਿਰਾਂ ਵਿੱਚ ਜਾ ਕੇ, ਅਸੀਂ ਪਿੰਡਾਂ ਵਿੱਚ ਜਾ ਕੇ ਪਾਸਟਰ ਵਿੰਗ ਦੇ ਅਹੁਦੇ ਦਿੰਦੇ ਹਾਂ ਔਰ ਪੋਲੀਟੀਕਲ ਵਿੰਗ ਦੇ ਅਹੁਦੇ ਦਿੰਦੇ ਹਾਂ, ਕਿਉਂਕਿ ਇੱਕ ਬਹੁਤ ਵੱਡਾ ਵਿਜ਼ਨ ਸੀਗਾ ਔਰ ਉਸ ਵਿਜ਼ਨ ਨੂੰ ਜੋ ਪੂਰਾ ਕਰਨ ਵਾਸਤੇ ਅਸੀਂ ਸਾਰੇ ਪਾਸਟਰ ਅੰਕਲ ਯੂਸਫ ਨੂਰਲਾ ਜੀ ਦੇ ਨਾਲ ਔਰ ਜਤਿੰਦਰ ਮਸੀਹ ਗੌਰਵ ਜੀ ਦੀ ਜਿੰਨੀ ਵੀ ਟੀਮ, ਉਹਨਾਂ ਦੇ ਨੀਚੇ ਟੀਮ ਕੰਮ ਕਰਦੀ ਪਈ ਆ, ਔਰ ਅਸੀਂ ਪੂਰੀ ਇਮਾਨਦਾਰੀ ਵਫਾਦਾਰੀ ਨਾਲ ਹਰ ਜਗ੍ਹਾ ਜਗ੍ਹਾ ਪਿੰਡ ਪਿੰਡ ਜਾ ਕੇ ਅਸੀਂ ਨਿਯੁਕਤੀਆਂ ਦੇ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਅੰਕਲ ਯੂਸਫ ਨੂਰਲਾ ਜੀ ਉਹਨਾਂ ਨੇ ਤਿਆਰ ਕੀਤੀ ਹੈ ਕਮੇਟੀ, ਉਹ ਤਿਆਰ ਕੀਤੀ ਆ। ਉਹ ਇੱਕ ਤੁਹਾਨੂੰ ਪਤਾ ਕੋਈ ਵੀ ਕੰਮ ਕਰਦੇ ਨੇ ਤਾਂ ਕਿਸੇ ਵੀ ਕੰਮ ਦੇ ਵਿੱਚ ਫੇਲ ਨਹੀਂ ਹੁੰਦੇ। ਜੇਕਰ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਬਣਾਈ ਹੈ ਉਹ ਫੇਲ ਨਹੀਂ ਹੋਣੀ। ਅੱਜ ਤੁਸੀਂ ਵੇਖ ਰਹੇ ਹੋ ਜਗ੍ਹਾ ਜਗ੍ਹਾ ਤੇ ਜਾ ਕੇ ਅਸੀਂ ਕਮੇਟੀਆਂ ਤਿਆਰ ਕਰ ਰਹੇ ਹਾਂ। ਕਿਉਂ ਮਾਰਗ ਤਿਆਰ ਕਰ ਰਹੇ ਹਾਂ ਕਿ ਸਾਡੇ ਆਉਣ ਵਾਲਾ ਭਵਿੱਖ ਸਾਡੇ ਕ੍ਰਿਸ਼ਚਨਾਂ ਲੋਕਾਂ ਲਈ ਇਹ ਕਮੇਟੀ ਕੰਮ ਕਰੇਗੀ। ਅੱਜ ਅਸੀਂ ਇੱਥੇ ਪਿੰਡ ਘਣੀਏ ਕੇ ਬਾਂਗਰ ਆਏ ਹਾਂ। ਪਾਸਟਰ ਪਵਨ ਜੀ ਇੱਥੇ ਦੀ ਸੰਗਤ ਦੇ ਨਾਲ ਰੂਬਰੂ ਹੁੰਦੇ ਨੇ ਸਰ ਐਤਵਾਰ। ਮੈਂ ਦੱਸਣਾ ਚਾਹੁੰਦਾ ਹਾਂ ਇਹਨਾਂ ਨੂੰ, ਤੁਸੀਂ ਇਹ ਨਾ ਸੋਚੋ ਕਿ ਕੋਈ ਬੱਚਾ ਆ, ਪਰਮੇਸ਼ਰ ਵੱਡਿਆਂ ਵੱਡੇ ਕੰਮ ਲੈਂਦਾ ਬੱਚਿਆਂ ਨੂੰ। ਦੇਖੋ ਦਾਊਦ ਵੀ ਇੱਕ ਕੀ ਸੀ, ਬੱਚਾ ਸੀ, ਉਹਨੇ ਕਿੰਨੇ ਵੱਡੇ ਬੰਦੇ ਨੂੰ ਮਾਰਿਆ ਸੀ ਰਾਤੀ ਗੋਲੀਅਤ ਨੂੰ, ਕਿੱਡਾ ਵੱਡਾ ਸੀ। ਇਹ ਤੁਸੀਂ ਵੱਡਾ ਛੋਟਾ ਨਹੀਂ ਕਿਸੇ ਨੇ ਵੇਖਣਾ ਕਿ ਵੱਡਾ ਆ ਪਾਸਟਰ ਕਿ ਛੋਟਾ ਪਾਸਟਰ ਹੈ, ਪਰ ਪਰਮੇਸ਼ਰ ਜਿਹਦੇ ਕੋਲ ਕੰਮ ਲੈਣਾ ਨਾ ਉਹਦੇ ਕੋਲ ਹੀ ਲੈਣਾ। ਅੱਜ ਪਰਮੇਸ਼ਰ ਦੇ ਦਾਸ ਪਾਸਟਰ ਪਵਨ ਜੀ ਕੋਲ ਕੰਮ ਲੈ ਰਿਹਾ, ਬੜੇ ਬੜੇ ਵੱਡੇ ਕੰਮ ਲੈਣੇ ਆ ਜੇ ਪਰਮੇਸ਼ਰ ਦੇ ਦਾਸ ਪਾਸਟਰ ਪਵਨ ਜੀ। ਅੱਜ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵਿੱਚ ਕਿਉਂ ਸ਼ਾਮਲ ਹੋਏ ਨੇ? ਪਿਛਲੇ ਦਿਨਾਂ ਦੇ ਵਿੱਚ ਇਹ ਸਾਡੀ ਇੱਕ ਮੀਟਿੰਗ ਵਿੱਚ ਆਏ ਸੀ ਖਜ਼ਾਨੇ ਕੋਟ ਦੇ ਵਿੱਚ, ਉਹਨਾਂ ਨੂੰ ਮੀਟਿੰਗ ਵੇਖ ਕੇ ਬੜਾ ਹੀ ਵਧੀਆ ਲੱਗਾ।
ਇਹ ਯਾਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਕਿਹੜੇ ਵੱਡੇ ਕੰਮ ਕਰਦੀ ਆ, ਇਹਨਾਂ ਨੇ ਵੇਖੇ ਸਾਡੇ ਕੰਮ, ਅਜਮਾਇਆ ਸਾਨੂੰ, ਅਸੀਂ ਜਗ੍ਹਾ ਜਗ੍ਹਾ ਤੇ ਜਾ ਕੇ ਖੜਦੇ ਹਾਂ, ਸਾਡੀ ਟੀਮ ਦਿਨ ਨਹੀਂ ਵਹਿੰਦੀ, ਰਾਤ ਨਹੀਂ ਵਹਿੰਦੀ, ਸਾਡੇ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੁਰੂ ਜੀ ਉਹਨਾਂ ਵਿੱਚ ਜਿਹੜਾ ਕਰੰਟ ਆ ਨਾ ਉਹ ਸਾਡੇ ਵਿੱਚ ਕਰੰਟ ਹੈ। ਕਹਿਣ ਦਾ ਮਤਲਬ ਆ ਜਿਹਦਾ ਉਸਤਾਦ ਤਗੜਾ ਹੋਵੇ ਨਾ ਉਹਦੇ ਸ਼ਾਗਿਰਦ ਵੀ ਇੱਦਾਂ ਦੇ ਹੁੰਦੇ ਨੇ, ਜੇ ਪਾਸਟਰ ਅੰਕਰ ਮੁਰਲਾ ਦੇ ਜਿੰਨੇ ਵੀ ਸ਼ਾਗਿਰਦ ਆ ਨਾ ਪ੍ਰਭੂ ਦੀ ਕਿਰਪਾ ਦੇ ਨਾਲ ਪੂਰੀ ਗ੍ਰੇਸ ਦੇ ਨਾਲ ਭਰੇ ਨੇ। ਤੁਸੀਂ ਵੇਖਿਆ ਵਚਨ ਸੁਣ ਕੇ ਸੁਣਿਆ ਯਾਰ ਉਹਦੇ ਪਾਸਟਰ ਜੀ ਸਾਡੇ ਕਹਿ ਕੇ ਸੁਣਾ ਵੀ ਗਏ ਨੇ ਕਿੰਨਾ ਆਨੰਦ ਆਇਆ ਵਚਨ ਦੇ ਨਾਲ। ਅੱਜ ਤੁਹਾਨੂੰ ਐਸੀ ਨੀਂਦ ਆਉਣੀ ਆ, ਇੰਨਾ ਵਚਨ ਆਨੰਦ ਵਾਲਾ ਵਚਨ ਸੁਣਾਇਆ ਕਿ ਐਸੀ ਨੀਂਦ ਕਦੀ ਤੁਸੀਂ ਵੇਖੀ ਨਹੀਂ ਹੋਣੀ। ਕਹਿਣ ਦਾ ਮਤਲਬ ਹੈ ਕਿ ਸਾਡੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਪਾਸਟਰ ਅੰਕਰ ਜੁਸਮਨ ਰੂਲਾ ਜੀ ਉਹਨਾਂ ਨੂੰ ਬਣਾਉਣ ਦੀ ਕੋਈ ਲੋੜ ਨਹੀਂ ਸੀ ਹੈਗੀ, ਪਰ ਉਹਨਾਂ ਨੂੰ ਇੱਕ ਰੀਜ਼ਨ ਆਇਆ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਨੇ ਪਾਸਟਰ 100 ਤੋਂ 200 ਤੋਂ 300 ਤੋਂ ਲੋਕ ਲੈ ਕੇ ਬੈਠੇ ਨੇ, ਕਿਉਂ ਨਾ ਉਹਨਾਂ ਦੇ ਪਿੱਛੇ ਇੱਕ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤਿਆਰ ਕੀਤੀ ਜਾਵੇ ਕਿ ਉਹ ਖੁੱਲ੍ਹ ਦਿੱਲੀ ਦੇ ਨਾਲ ਪ੍ਰਚਾਰ ਕਰ ਸਕਣ। ਅੱਜ ਤੁਸੀਂ ਵੇਖ ਹੀ ਰਹੇ ਹੋ ਖੁੱਲ੍ਹ ਦਿੱਲੀ ਦੇ ਨਾਲ ਪ੍ਰਚਾਰ ਕਰ ਰਹੇ ਆ, ਉਹਨਾਂ ਨੂੰ ਪਤਾ ਕਿ ਸਾਡੇ ਪਿੱਛੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਖੜੀ ਆ। ਅੱਜ ਸਾਨੂੰ ਸਾਡੇ ਨਾਲ ਉਹ ਨਫ਼ਰਤ ਦੇ ਬਦਲੇ ਅਸ ਹਾਲੇਲੂਯਾ 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 ਹਾ
रामदासिया चैनल पर आप लोगों का स्वागत करते हैं और वीडियो को ज़्यादा से ज़्यादा शेयर करें। और अगर आप विशाल रामदासिया चैनल को पहली बार देख रहे हैं तो विशाल रामदासिया चैनल को सब्सक्राइब करें, बेल आइकन को दबाएं कि आने वाली हर न्यू वीडियो का नोटिफिकेशन आपके तक पहुंचाया जाए। गॉड ब्लेस यू। परमेश्वर आपको ब्लेस करें।